ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰਦੇ ਹੋ। ਇਸ ਸਮੇਂ ਇਹ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ। ਸਟੇਜ ਦੇ ਸੱਜੇ ਹੱਥ ਟੀਮ ਜਿਹੜੀ ਇਹ ਤਲਵੰਡੀ ਭੰਗੇਰੀਆਂ ਪਿੰਡ ਦੀ ਟੀਮ ਹੈ, ਜਿਹਨੂੰ ਆਪਾਂ ਦਸਾਂ ਤਲਵੰਡੀ ਕਹਿ ਦਿੰਦੇ ਹਾਂ। ਪਹਿਲੀ ਕਬੱਡੀ ਰਾਜੂ ਇਸ ਸਮੇਂ ਤਲਵੰਡੀ ਭੰਗੇਰੀਆਂ ਪਿੰਡ ਦਾ ਧੰਨੇ ਸ਼ਹੀਦ ਦੇ ਵਿਹੜੇ ਦੇ ਵਿੱਚ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਇਸ ਸਮੇਂ ਧੰਨੇ ਸ਼ਹੀਦ ਪਿੰਡ ਦੇ ਲਓ, ਇੱਕ ਪਾਸੇ ਰਾਜੂ ਹੈ, ਦੂਸਰੇ ਪਾਸੇ ਗੱਭਰੂ ਧੰਨੇ ਵਾਲਾ, ਲਓ ਇਧਰਲੇ ਬੰਨੇ ਪਹਿਲਾ ਡੇਢ ਪੁਆਇੰਟ ਜਿਹੜਾ ਧੰਨੇ ਸ਼ਹੀਦ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਓ ਉਪਿੰਦਰ ਮੋਟੇ ਵਰਗੇ, ਜਿਹੜੇ ਪਿੰਡ ਦੇ ਪੱਪੀ ਵਰਗੇ ਦੁਨੀਆਂ ਦੇ ਪ੍ਰਸਿੱਧ ਖਿਡਾਰੀ ਹੈ, ਉਸੇ ਹੀ ਪਿੰਡ ਦਾ ਆਹ ਗੱਭਰੂ ਦੇਖਦੇ ਵੀ ਰੱਜੀ ਵਾਲੇ ਪਿੰਡ ਦਾ ਗੋਲੂ ਪਹਿਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਵਾਧਾ ਹੋਇਆ। ਇਸ ਸਮੇਂ ਧੰਨੇ ਸ਼ਹੀਦ ਦੀ ਤਰਫੋਂ ਚਾਰ ਜਾਫੀ ਤਲਵੰਡੀ ਭੰਗੇਰੀਆਂ ਪਿੰਡ ਦੇ ਇਧਰਲੇ ਬੰਨੇ ਵੇਖਦੇ ਵੀ ਸਾਹਮਣੇ ਗੋਲੂ ਹੈ ਔਰ ਪੁਆਇੰਟ ਜਿਹੜਾ ਹੈਲੋ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ। ਹਾਂਜੀ ਦਲਬਾਗ 68 ਕਿਲੋ ਦੇ ਚੌਥੇ ਰਾਊਂਡ ਦੀਆਂ ਟਾਈਆਂ ਪਾਉਣ ਲੱਗੇ ਆ, ਵੀ ਜੇ ਕੋਈ ਖਿਡਾਰੀ ਆਉਣਾ ਚਾਹੁੰਦਾ ਤਾਂ ਆ ਸਕਦਾ। ਅਗਲੇ ਰਾਊਂਡ ਦੀਆਂ ਟਾਈਆਂ ਜਿਹੜੀਆਂ ਨਿਕਲਣ ਜਾ ਰਹੀਆਂ, ਜੇਤੂ ਟੀਮਾਂ ਦੇ ਇੱਕ ਇੱਕ ਪਲੇਅਰ ਜਿਹੜਾ ਸਟੇਜ ਦੇ ਕੋਲੇ ਪਹੁੰਚੇ, ਬਾਅਦ ਵਿੱਚ ਨਾ ਕੋਈ ਵੀ ਕਿੰਤੂ ਪ੍ਰੰਤੂ ਕਰੇ, ਇਹ ਹੱਥ ਬੰਨ ਕੇ ਬੇਨਤੀ ਹੈ ਸਾਡੇ ਪ੍ਰਬੰਧਕ ਵੀਰਾਂ ਵੱਲੋਂ। ਲਓ ਇਧਰਲੇ ਬੰਨੇ ਧੰਨੇ ਦੀ ਕਬੱਡੀ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੈ। ਚੱਲ ਵੀ ਜਵਾਨਾ ਪਾ ਵੀ ਕਬੱਡੀ ਇਧਰਲੇ ਬੰਨੇ ਵੇਖਦੇ ਵੀ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਤਲਵੰਡੀ ਭੰਗੇਰੀਆਂ ਔਰ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਹੈ, ਧੰਨਾ ਸ਼ਹੀਦ ਪਿੰਡ ਹੈ। ਚੱਲ ਵੀ ਗੋਲੂ ਪਾ ਵੀ ਨੌਜਵਾਨਾਂ ਕਬੱਡੀ ਇਧਰਲੇ ਬੰਨੇ ਵੇਖਦੇ ਵੀ ਇੱਕ ਗੋਲੂ ਗਗੜੇ ਵਾਲਾ ਪ੍ਰਸਿੱਧ ਹੈ, ਕਦੇ ਝਨੇਰੀ ਵਾਲੇ ਦੀਆਂ ਗੱਲਾਂ, ਇਧਰਲੇ ਬੰਨੇ ਕਦੇ ਗੱਜਣ ਵਾਲੀ ਆ ਗੋਲੂ, ਪਰ ਇਸ ਸਮੇਂ ਵੇਖਦੇ ਵੀ ਰੱਜੀ ਵਾਲਾ ਪਿੰਡ ਹੈ ਜਿਹੜੇ ਪਿੰਡ ਦੇ ਨਿੱਕੇ ਵਰਗੇ ਪ੍ਰਸਿੱਧ ਹੈ। ਇਧਰਲੇ ਬੰਨੇ ਇਸ ਪਾਸੇ ਗੱਭਰੂ ਤਲਵੰਡੀ ਭੰਗੇਰੀਆਂ ਪਿੰਡ ਦਾ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਜਿਹੜਾ ਇਸ ਸਮੇਂ ਧੰਨੇ ਸ਼ਹੀਦ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਓ ਰਾਜੂ ਇਸ ਸਮੇਂ ਤਲਵੰਡੀ ਭੰਗੇਰੀਆਂ ਪਿੰਡ ਦਾ ਨੌਜਵਾਨ ਕਬੱਡੀ ਪਾ ਰਿਹਾ ਹੈ, ਖੇਡ ਮੈਦਾਨ ਦੇ ਅੰਦਰ ਪਾਈ ਹੋਈ ਕਬੱਡੀ ਹੈ। ਇੱਕ ਵਾਰੀ ਫਿਰ ਤੋਂ ਬੇਨਤੀ ਹੈ ਦਰਸ਼ਕ ਵੀਰਾਂ ਨੂੰ ਔਰ ਖਿਡਾਰੀ ਵੀਰਾਂ ਨੂੰ, ਗੁਰੂ ਕੇ ਟੁੱਟ ਲੰਗਰ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਵਰਤਾਏ ਜਾ ਰਹੇ ਹੈ, ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪ੍ਰਸ਼ਾਦਾ ਪਾਣੀ ਛਕ ਸਕਦੇ ਹੋ। ਸਾਰੇ ਖਿਡਾਰੀ ਵੀਰਾਂ ਨੂੰ ਔਰ ਦਰਸ਼ਕ ਵੀਰਾਂ ਨੂੰ ਬੇਨਤੀ ਹੈ, ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ। ਚੱਲ ਵੀ ਗੋਲੂ ਇਸ ਸਮੇਂ ਫਿਰ ਗੱਭਰੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ, ਪਾਈ ਹੋਈ ਕਬੱਡੀ ਹੈ। ਚਾਰ ਜਾਫੀ ਨੇ ਇਸ ਸਮੇਂ ਖੇਡ ਮੈਦਾਨ ਦੇ ਅੰਦਰ, ਨਾਲ ਹੀ ਧੰਨਵਾਦ ਹੈ ਸਾਰੇ ਹੀ ਸਾਡੇ ਆਏ ਹੋਏ ਦਰਸ਼ਕ ਵੀਰਾਂ ਦਾ, ਸਾਰੀਆਂ ਪੁੱਜੀਆਂ ਹੋਈਆਂ ਟੀਮਾਂ ਦਾ। ਲਓ ਇਧਰਲੇ ਬੰਨੇ ਪੁਆਇੰਟ ਜਿਹੜਾ ਜਾਫੀਆਂ ਦਾ ਹੈ, ਪੁਆਇੰਟ ਇਸ ਸਮੇਂ ਤਲਵੰਡੀ ਭੰਗੇਰੀਆਂ ਦੀ ਟੀਮ ਦੇ ਹਿੱਸੇ ਜੁੜਦਾ ਹੈ। ਲਓ ਧੰਨਾ ਇਸ ਸਮੇਂ ਵੇਖਦੇ ਵੀ ਨੌਜਵਾਨ ਖੇਡ ਮੈਦਾਨ ਦੇ ਅੰਦਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਚਾਰ ਜਾਫੀ ਨੇ ਦੇਖਦੇ ਵੀ ਧੰਨਾ ਸ਼ਹੀਦ ਪਿੰਡ ਦੇ ਸਾਹਮਣੇ ਦੇਖਦੇ ਵੀ ਹੁੰਦਾ ਹੋਇਆ ਮੁਕਾਬਲਾ, ਨੌਜਵਾਨ ਗੱਭਰੂ ਧੰਨੇ ਸ਼ਹੀਦ ਪਿੰਡ ਦਾ, ਜਿੱਥੋਂ ਦਾ ਰਾਜਾ ਕਹਿੰਦੇ ਵੀ ਪ੍ਰਸਿੱਧ ਖਿਡਾਰੀ ਹੈ ਔਰ ਨਿਰਭੈ ਵਰਗੇ ਸੋਹਣੇ ਬੋਲ ਬੋਲਦੇ ਨੇ ਮਾਈਕ ਉੱਪਰੋਂ। ਇਧਰਲੇ ਬੰਨੇ ਵੇਖਦੇ ਵੀ ਕੀਤੀ ਹੋਈ ਕੋਸ਼ਿਸ਼ ਹੈ, ਹੰਦੇ ਬਿਲਕੁਲ ਨੇੜੇ ਹੈ, ਪਰ ਸਮਾਂ ਦੇਖਾਂਗੇ ਵੀ ਕਿਸ ਖਿਡਾਰੀ ਦਾ ਸਾਥ ਦੇਵੇਗਾ। ਲਓ ਇਧਰਲੇ ਬੰਨੇ ਪੁਆਇੰਟ ਜਿਹੜਾ ਤਲਵੰਡੀ ਭੰਗੇਰੀਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ। ਇਧਰਲੇ ਬੰਨੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦਾ ਹੈ। ਚੱਲ ਵੀ ਜਵਾਨਾ ਪਾ ਵੀ ਕਬੱਡੀ, ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ, ਅੱਜ ਵੱਡੀਆਂ ਖੇਡਾਂ ਨੇ ਪਿੰਡ ਜੈਮਲ ਵਾਲੇ ਦੇ ਖੇਡ ਮੈਦਾਨ ਦੇ ਅੰਦਰ ਔਰ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ। ਗੋਲੂ ਇਸ ਸਮੇਂ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵੀ ਲਾਈ ਹੱਥਾਂ ਨੂੰ ਕਲੀ, ਕਰੇ ਮੌਲਾ ਭਲੀ ਜਵਾਨੀ ਰੇੜ ਤੇ ਚੱਲੀ,
ਇਧਰਲੇ ਬੰਨੇ ਭਾਈ ਵੀ ਕਬੱਡੀ ਹੈ ਔਰ ਦੇਖਦੇ ਵੀ ਸਾਹਮਣੇ ਨੌਜਵਾਨ ਦਾ ਫੜਿਆ ਗੁੱਟ ਹੈ ਲੱਗਦਾ ਹੋਇਆ ਰੋਪੜੀਆ ਤਾਲਾ ਹੈ ਔਰ ਅੰਕ ਜਿਹੜਾ ਇਸ ਸਮੇਂ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਲੋ ਪੁਆਇੰਟ ਜਿਹੜਾ ਤਲਵੰਡੀ ਭੰਗੇਰੀਆਂ ਦਾ ਹੈ ਅਗਲੀ ਕਬੱਡੀ ਰਾਜੂ ਤਲਵੰਡੀ ਭੰਗੇਰੀਆਂ ਪਿੰਡ ਦਾ ਨੌਜਵਾਨ ਖਿਡਾਰੀ ਇਸ ਸਮੇਂ ਵਾਧਾ ਹੋਇਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਲੋ ਪੈਂਦੀ ਹੋਈ ਕਬੱਡੀ ਹੈ ਝੁੱਕਿਆ ਹੋਇਆ ਗੱਭਰੂ ਕਮਾਨ ਦੀ ਤਰ੍ਹਾਂ ਇਸ ਸਮੇਂ ਸਾਹਮਣੇ ਦੇਖਦੇ ਵੀ ਜੁਗਨੂ ਹੈ ਨੌਜਵਾਨ ਧੰਨੇ ਸ਼ਹੀਦ ਪਿੰਡ ਦਾ ਜੁਗਨੂ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੈ ਇਧਰਲੇ ਬੰਨੇ ਪੁਆਇੰਟ ਤਲਵੰਡੀ ਭੰਗੇਰੀਆਂ ਦਾ ਹੈ ਦੋਨੋਂ ਟੀਮਾਂ ਦੇ ਵਿਚਕਾਰ ਬੜਾ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਸਾਰੇ ਪੁੱਜੇ ਹੋਏ ਦਰਸ਼ਕ ਵੀਰਾਂ ਦਾ ਧੰਨਵਾਦ ਹੈ ਸਮੁੱਚੇ ਟੂਰਨਾਮੈਂਟ ਪ੍ਰਬੰਧ ਕਮੇਟੀ ਦੇ ਵੱਲੋਂ ਸਮੁੱਚੇ ਜੈਮਲਵਾਲ ਨਗਰ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਇਧਰਲੇ ਬੰਨੇ ਵੇਖਦੇ ਵੀ ਗੋਲੂ ਇਸ ਸਮੇਂ ਨੌਜਵਾਨ ਪੁਆਇੰਟ ਜਿਹੜਾ ਧੰਨੇ ਸ਼ਹੀਦ ਦੀ ਟੀਮ ਦੇ ਹਿੱਸੇ ਜੋੜਦਾ ਧੱਲੇਕਿਆਂ ਦੀ ਟੀਮ ਪਹੁੰਚੀ ਹੋਈ ਹੈ ਵੈਰੋਕਿਆਂ ਦਾ ਇੰਤਜ਼ਾਰ ਹੈ ਵੈਰੋਕਿਆਂ ਦੀ ਟੀਮ ਜਿਹੜੀ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਵੈਰੋਕੇ ਵੈਰੋਕਿਆਂ ਦੀ ਟੀਮ ਨੂੰ ਸਾਡਾ ਸੱਦਾ ਹੈ ਮੇਰੇ ਵੀਰ ਜਲਦੀ ਆਓ ਲਓ ਜੁਗਨੂ ਔਰ ਧੰਨੇ ਦਾ ਇਸ ਸਮੇਂ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਜਿਹੜਾ ਇਸ ਸਮੇਂ ਧੰਨੇ ਸ਼ਹੀਦ ਦੀ ਟੀਮ ਦੇ ਹਿੱਸੇ ਜੁੜਦਾ ਹੈ ਇਧਰਲੇ ਬੰਨੇ ਅੰਕ ਜਿਹੜਾ ਜਾਫੀਆਂ ਦਾ ਹੈ ਚੱਲ ਵੀ ਜਵਾਨਾ ਪਾ ਵੀ ਕਬੱਡੀ ਨਾਲ ਹੀ ਅਗਲਾ ਮੈਚ ਧੱਲੇਕੇ ਵਰਸੀ ਚ ਵੈਰੋਕਿਆਂ ਦੀਆਂ ਟੀਮਾਂ ਦਾ ਹੈ ਦੋਨੋਂ ਹੀ ਟੀਮਾਂ ਦੇ ਪਲੇਅਰ ਸਾਹਿਬਾਨਾਂ ਨੂੰ ਬੇਨਤੀ ਹੈ ਧੱਲੇਕਿਆਂ ਦੀ ਟੀਮ ਪਹੁੰਚੀ ਹੋਈ ਹੈ ਵੈਰੋਕਿਆਂ ਦੀ ਟੀਮ ਦਾ ਇੰਤਜ਼ਾਰ ਹੈ ਵੈਰੋਕੇ ਜਲਦੀ ਦੇ ਨਾਲ ਨਾਲ ਹੀ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਦੱਸਿਆ ਜਾਂਦਾ ਹੈ ਵੀ ਜਿਹੜੀ ਧੱਲੇਕਿਆਂ ਦੀ ਟੀਮ ਤਾਂ ਗਰਾਊਂਡ ਦੇ ਨੇੜੇ ਪਹੁੰਚੀ ਹੈ ਵੈਰੋਕਿਆਂ ਦੀ ਟੀਮ ਨਾਲ ਸੰਪਰਕ ਹੋਇਆ ਵੈਰੋਕਿਆਂ ਦੀ ਟੀਮ ਦੇ ਜਿਹੜੇ ਪਲੇਅਰਾਂ ਦਾ ਪੇਪਰ ਇਸ ਕਰਕੇ ਉਹ ਨਹੀਂ ਆ ਰਹੇ ਉਹਦੇ ਵਿੱਚੋਂ ਧੱਲੇਕਿਆਂ ਨੂੰ ਜੇਤੂ ਕਰਾਰ ਦਿੱਤਾ ਗਿਆ ਧੱਲੇਕਿਆਂ ਵਾਲੇ ਉਹ ਜਾਇਓ ਨਾ ਪਰ ਰੋਡਿਆਂ ਵਾਲਿਆਂ ਨੂੰ ਸਾਡੇ ਕਿਉਂਕਿ ਅਗਲੇ ਰਾਊਂਡ ਦਾ ਪਹਿਲਾ ਮੈਚ ਤੁਹਾਡਾ ਹੀ ਹੈ ਹਾਂਜੀ ਰੋਡਿਆਂ ਦੀ ਟੀਮ ਰੋਡਿਆਂ ਦੀ ਟੀਮ ਨੂੰ ਬੇਨਤੀ ਹੈ ਇਹ ਟੀਮ ਜਿਹੜੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਵੇ ਰੋਡੇ ਵਰਸੀ ਚ ਧੱਲੇਕੇ ਰੋਡੇ ਵਰਸੀ ਚ ਧੱਲੇਕੇ ਜੰਡਸਰ ਸਹੌਰ ਵਰਸੀ ਚ ਮੱਝੂਕੇ ਜੰਡਸਰ ਤੇ ਮੱਝੂਕੇ ਜਿਹੜੀ ਇਹਨਾਂ ਦੇ ਵਿੱਚੋਂ ਜਿੱਤਦੀ ਹੈ ਉਹ ਟੀਮ ਨੂੰ ਜਿਹੜੀ ਬਾਈ ਦਿੱਤੀ ਜਾਵੇਗੀ ਰੋਡਿਆਂ ਦੀ ਟੀਮ ਨੂੰ ਸਾਡਾ ਸੱਦਾ ਹੈ ਮੇਰੇ ਵੀਰ ਜਲਦੀ ਦੇ ਨਾਲ ਰੋਡਿਆਂ ਦੀ ਟੀਮ ਗਰਾਊਂਡਾਂ ਵੱਲ ਨੂੰ ਮੇਰੇ ਵੀਰ ਤਿਆਰੀਆਂ ਖਿੱਚ ਲਓ ਰੋਡਿਆਂ ਦੀ ਟੀਮ ਨਾਲ ਹੀ ਆਪਣਾ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਸਾਰੀਆਂ ਟੀਮਾਂ ਦੇ ਪਲੇਅਰ ਸਹਿਬਾਨਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਆਪੋ ਆਪਣੀ ਐਂਟਰੀ ਫੀਸ ਜਿਹੜੀ ਪਹੁੰਚਦੀ ਕਰ ਦਿਓ
ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਇੱਥੇ ਪਹੁੰਚੀਆਂ ਸਾਰੀਆਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਹੈ ਵੀ ਆਪੋ ਆਪਣੀ ਐਂਟਰੀ ਫੀਸ ਜਿਹੜੀ ਪਹੁੰਚਦੀ ਕਰ ਦਿਓ ਤਾਂ ਜੋ ਆਪਾਂ ਸਮੇਂ ਸਿਰ ਕਬੱਡੀ ਓਪਨ ਦੇ ਮੁਕਾਬਲੇ ਸਟਾਰਟ ਕਰਵਾ ਸਕੀਏ। ਨਾਲ ਹੀ ਉੱਧਰ ਸਾਡੇ ਲਖਵੀਰ ਜੀ, ਸਾਡੇ ਵੀਰ ਜਸਵੀਰ, ਸਾਡੇ ਵੀਰ ਜਾਂਟੇ ਵਰਗੇ, ਹਰਦੀਪ ਵਰਗੇ, ਸਾਰੇ ਸਾਡੇ NRI ਵੀਰ ਜਿਹਨਾਂ ਦੇ ਵੱਡੇ ਸਹਿਯੋਗ ਹੈ, ਉਹਨਾਂ ਵੱਲੋਂ ਵੀ ਬੇਨਤੀ ਹੈ, ਕਹਿੰਦੇ ਵੀ ਅਸੀਂ ਲਾਈਵ ਇਹਨਾਂ ਮੈਚਾਂ ਨੂੰ ਦੇਖ ਰਹੇ ਹਾਂ punjablive1.com ਦੇ ਜ਼ਰੀਏ। ਕਹਿੰਦੇ ਵੀ ਜਿੱਥੇ ਅਸੀਂ ਟੂਰਨਾਮੈਂਟ ਦੇ ਲਈ ਦਿਲ ਖੋਲ ਕੇ ਮਾਇਆ ਦੇ ਗੱਫੇ ਦਿੱਤੇ ਹੈ, ਉੱਥੇ ਇਹਨਾਂ ਖਿਡਾਰੀਆਂ ਦੇ ਵੀ ਅਸੀਂ ਵੱਡੇ ਹੌਸਲਾ ਅਫਜਾਈ ਕਰਨੀ ਹੈ, ਤੁਸੀਂ ਤਕੜਾ ਖੇਡ ਕੇ ਦਿਖਾਓ, ਅਸੀਂ ਤੁਹਾਨੂੰ ਮਾਣ ਪਿਆਰ ਬਖਸ਼ਾਂਗੇ, ਵੱਡੇ ਨੋਟਾਂ ਦੇ ਗੱਫੇ ਦਿੱਤੇ ਜਾਣੇ ਹੈ। ਇੱਧਰਲੇ ਬੰਨੇ ਵੇਖਦੇ ਵੀ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਹੈ, ਰੋਡਿਆਂ ਦੀ ਟੀਮ ਦੇ ਪਲੇਅਰਾਂ ਨੂੰ ਬੇਨਤੀ ਆ ਵੀ ਜਲਦੀ ਨਾਲ ਆ ਜਾਵੇ ਰੋਡੇ। ਰੋਡਿਆਂ ਦੀ ਟੀਮ ਦਾ ਮੁਕਾਬਲਾ ਜਿਹੜਾ ਧੱਲੇਗਿਆਂ ਦੇ ਨਾਲ ਹੈ, ਰੋਡਿਆਂ ਦੀ ਟੀਮ ਨੂੰ ਬੇਨਤੀ ਹੈ ਵੀ ਜਲਦੀ ਦੇ ਨਾਲ ਗਰਾਊਂਡ ਵੱਲ ਆ ਜਾਵੇ। ਰੋਡੇ ਆ ਜਾਓ ਮੇਰੇ ਵੀਰ, ਜਲਦੀ ਦੇ ਨਾਲ ਧੱਲੇਗਿਆਂ ਦੀ ਟੀਮ ਜਿਹੜੀ ਗਰਾਊਂਡ ਦੇ ਨੇੜੇ ਪਹੁੰਚੀ ਹੋਈ ਹੈ, ਰੋਡਿਆਂ ਦੀ ਟੀਮ ਦੇ ਪਲੇਅਰਾਂ ਨੂੰ ਬੇਨਤੀ ਹੈ ਜਲਦੀ ਆਵੇ ਰੋਡਿਆਂ ਦੀ ਟੀਮ। ਰੋਡਿਆਂ ਦੀ ਟੀਮ ਦਾ ਇੰਤਜ਼ਾਰ ਹੈ, ਧੱਲੇਗਿਆਂ ਵਾਲੇ ਪਹੁੰਚੇ ਹੋਏ, ਰੋਡਿਆਂ ਵਾਲਿਆਂ ਦਾ ਇੰਤਜ਼ਾਰ ਹੈ। ਰੋਡਿਆਂ ਦੀ ਟੀਮ ਜਿੱਥੇ ਵੀ ਮੇਰੇ ਵੀਰ ਆਵਾਜ਼ ਸੁਣਦੇ ਹੋ ਜਲਦੀ ਦੇ ਨਾਲ ਆ ਜਾਵੋ। ਰੋਡੇ ਪਿੰਡ ਦੀ ਟੀਮ ਗੋਲੂ ਇਸਮੇ ਰੱਜੀ ਵਾਲੇ ਪਿੰਡ ਦਾ, ਧੰਨੇ ਸ਼ਹੀਦ ਪਿੰਡ ਦੀ ਤਰਫੋਂ ਇਸਮੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਬੇਨਤੀ ਹੈ ਸਾਰੀਆਂ ਹੀ ਟੀਮਾਂ ਦੇ ਪਲੇਅਰਾਂ ਨੂੰ ਵੀ ਤੁਸੀਂ ਐਵੇਂ ਮਾੜੀ ਮੋਟੀ ਗੱਲ ਤੇ ਨਾ ਖੜਿਆ ਕਰੋ, ਟਾਈਮ ਨਾ ਖਰਾਬ ਕਰੋ ਮੇਰੇ ਵੀਰ। ਜੇਕਰ ਪਾਣੀ ਪੂਣੀ ਵਾਲਾ ਕੋਈ ਚੱਕਰ, ਅਸੀਂ ਜਾਫੀਆਂ ਦਾ ਵੀ ਪਾਣੀ ਬੰਦ ਕਰ ਦੇਣਾ। ਇਹ ਬੇਨਤੀ ਹੈ ਸਾਰੀਆਂ ਟੀਮਾਂ ਦੇ ਪਲੇਅਰਾਂ ਨੂੰ, ਐਵੇਂ ਨਿੱਕੀ ਨਿੱਕੀ ਗੱਲ ਤੇ ਮੈਚ ਨਾ ਰੁਕਾ ਦਿਆ ਕਰੋ ਮੇਰੇ ਵੀਰ। ਇਹ ਹੱਥ ਬੰਨ ਕੇ ਬੇਨਤੀ ਸਾਰੇ ਖਿਡਾਰੀ ਵੀਰਾਂ ਨੂੰ, ਚੱਲ ਵੀ ਜਵਾਨਾ ਪਾ ਵੀ ਕਬੱਡੀ। ਇੱਧਰਲੇ ਬੰਨੇ ਵੇਖਦੇ ਵੀ ਰਾਜੂ ਇਸ ਸਮੇਂ ਨੌਜਵਾਨ ਤਲਵੰਡੀ ਪੰਘੇਰੀਆਂ ਪਿੰਡ ਦਾ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ। ਕਦੇ ਚੰਦਬਾਜੇ ਦੇ ਰਾਜੂ ਦੀਆਂ ਗੱਲਾਂ, ਕਦੇ ਸੁਲਿਹਾਣੀ ਵਾਲਾ, ਕਦੇ ਥਰੀਕਿਆਂ ਵਾਲੇ ਦੀ ਗੱਲ। ਇੱਧਰਲੇ ਬੰਨੇ ਵੇਖਦੇ ਵੀ ਰਾਜੂ ਕਬੱਡੀ ਪਾ ਰਿਹਾ ਹੈ, ਪਰ ਦੂਸਰੇ ਪਾਸੇ ਗੱਭਰੂ ਧੰਨੇ ਸ਼ਹੀਦ ਪਿੰਡ ਦਾ ਹੈ, ਫੜ ਕੇ ਗੁੱਟ ਮਨਾਉਣ ਦੀ ਕੋਸ਼ਿਸ਼ ਹੈ। ਪਰ ਦੇਖਾਂਗੇ ਵੀ ਸਮਾਂ ਇਸ ਸਮੇਂ ਕਿਸ ਖਿਡਾਰੀ ਦਾ ਸਾਥ ਦਿੰਦਾ ਹੈ। ਲਓ ਅੰਕ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਹੈ, ਚੱਲਦਾ ਹੋਇਆ ਮੈਚ ਦੋਨੋਂ ਹੀ ਟੀਮਾਂ ਦੇ ਗੱਭਰੂਆਂ ਦਾ। ਰੋਡਿਆਂ ਦੀ ਟੀਮ ਨੂੰ ਇੱਕ ਵਾਰੀ ਫਿਰ ਤੋਂ ਸੱਦਾ ਹੈ। ਰੋਡੇ ਪਿੰਡ ਦੀ ਟੀਮ ਜਿੱਥੇ ਵੀ ਆਵਾਜ਼ ਸੁਣਦੀ ਹੈ ਜਲਦੀ ਦੇ ਨਾਲ ਗਰਾਊਂਡਾਂ ਵੱਲ ਆ ਜਾਵੇ। ਨਾਲ ਹੀ ਜੰਡਸਰ ਸਹੌਰ ਵਰਸੀ ਚ ਮਜੂਕੇ, ਜੰਡਸਰ ਸਹੌਰ ਵਰਸੀ ਚ ਮਜੂਕੇ ਦੀਆਂ ਟੀਮਾਂ ਡਬਲ ਟੱਚ ਹੈ, ਔਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੈ। ਜੰਡਸਰ ਸਹੌਰ ਤੇ ਮਜੂਕੇ ਇਹ ਵੀ ਟੀਮਾਂ, ਉਹ ਰੋਡਿਆਂ ਦੀ ਟੀਮ ਦਾ ਉਸ ਤੋਂ ਪਹਿਲਾਂ ਇੰਤਜ਼ਾਰ ਹੈ। ਰੋਡਿਆਂ ਦੀ ਟੀਮ ਜਲਦੀ ਦੇ ਨਾਲ ਆ ਜਾਵੇ। ਰੋਡਿਆਂ ਦਾ ਮੈਚ ਜਿਹੜਾ ਧੱਲੇਗਿਆਂ ਦੇ ਨਾਲ ਹੈ, ਰੋਡੇ ਵਰਸੀ ਚ ਧੱਲੇਗੇ, ਜਲਦੀ ਆਓ। ਦੋਨੋਂ ਹੀ ਟੀਮਾਂ ਧੱਲੇਗੇ ਪਹੁੰਚੇ ਹੋਏ ਹੈ।
ਰੋਡਿਆਂ ਦੀ ਟੀਮ ਜਲਦੀ ਦੇ ਨਾਲ ਪੁੱਜ ਜਾਵੇ। ਧੰਨਾ ਇਸ ਸਮੇਂ ਪੁਆਇੰਟ ਜਿਹੜਾ ਨੌਜਵਾਨ ਤਲਵੰਡੀ ਭੰਗੇਰੀਆਂ ਦੇ ਹਿੱਸੇ ਜੋੜਦਾ ਹੋਇਆ ਹੈ। ਚਾਲਵੀ ਗੱਭਰੂਆ ਪਾਵੀ ਕਬੱਡੀ ਗੋਲੂ ਇਸ ਸਮੇਂ ਪੀਤਾ ਪਾਣੀ ਕੀ ਅਗਲੀ ਕਹਾਣੀ। ਇਸ ਸਮੇਂ ਚੱਲਦਾ ਹੋਇਆ ਮੁਕਾਬਲਾ ਦੋਨੋਂ ਹੀ ਟੀਮਾਂ ਦੇ ਦਰਮਿਆਨ ਹੈ। ਰੱਜੀ ਵਾਲੇ ਪਿੰਡ ਦਾ ਗੱਭਰੂ ਅੱਜ ਵੇਖਦੇ ਵੀ ਧੰਨੇ ਸ਼ਹੀਦ ਦਾ ਪੁੱਤ ਬਣ ਕੇ ਖੇਡਦਾ ਹੈ ਕਿ ਘਰ ਦਾ ਜੋਗੀ ਜੋਗ ਨਹੀਂ ਹੁੰਦਾ ਤੇ ਬਾਹਰਲਾ ਸਿੱਧ ਕਹਾਉਂਦਾ। ਕਾਮਯਾਬੀਆਂ ਦੇਖ ਜਮਾਨਾ ਕਿੱਥੇ ਸੁੱਖ ਬਣਾਉਂਦਾ ਤੇ ਲੰਘੇ ਆਣੀਆਂ ਯੋਧਿਆਂ ਚੋਭਾ ਲਾਉਂਦੇ ਥੱਕਦੇ ਨੀ ਤੇ ਜਦ ਫਿਰ ਗੁੱਡੀ ਚੜ ਜਾਏ ਅੰਬਰੀ ਉਹੀ ਲੋਕ ਸਲਾਉਂਦੇ ਥੱਕਦੇ ਨੀ ਕਿ ਘਰ ਦਾ ਜੋਗੀ ਜੋਗ ਨਹੀਂ ਹੁੰਦਾ ਬਾਹਰਲਾ ਸਿੱਧ ਕਹਾਉਂਦਾ। ਕਾਮਯਾਬੀਆਂ ਦੇਖ ਜਮਾਨਾ ਕਿੱਥੇ ਸੁੱਖ ਬਣਾਉਂਦਾ। ਇੱਧਰਲੇ ਬੰਨੇ ਵੇਖਦੇ ਵੀ ਪਾਈ ਹੋਈ ਕਬੱਡੀ ਧੰਨਾ ਇਸ ਸਮੇਂ ਨੌਜਵਾਨ ਗੁੰਦਵਾਂ ਸਰੀਰ ਹੈ ਲਾਲ ਰੰਗ ਦੀ ਨੀਕਰ ਹੈ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ। ਧੰਨਾ ਸ਼ਹੀਦ ਪਿੰਡ ਦੇ ਚਾਰ ਜਾਫੀਆਂ ਦੇ ਵਿੱਚੋਂ ਦੇਖਦੇ ਵੀ ਗੱਭਰੂ ਨੇ ਫੜਿਆ ਹੋਇਆ ਗੁੱਟਾ ਹੈ ਲੱਗਦਾ ਹੋਇਆ ਰੋਪੜੀਆ ਤਾਲਾ ਹੈ ਤੇ ਅੰਕ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਕੋਈ ਗੱਲ ਨੀ ਜਦੋਂ ਹੋਊਗੀ ਤਸੱਲੀ ਆਪੇ ਦੱਸ ਦਾਂਗੇ। ਵਿਸਲਾ ਮਾਰਨਗੇ ਦੋ ਜਾਣੇ ਸਾਡੇ ਵੀਰ ਰਾਜਾ ਮਿਸ਼ਰੀ ਵਾਲਾ ਨਾਲ ਹੀ ਰਾਜ ਸਾਡਾ ਵੀਰ ਚੰਦਰਮਾ ਇੱਧਰ ਪੁਆਇੰਟਾਂ ਦੀਆਂ ਡਿਊਟੀਆਂ ਇਹਨਾਂ ਵੀਰਾਂ ਦਾ ਵੀ ਧੰਨਵਾਦ ਹੈ। ਇੱਧਰਲੇ ਬੰਨੇ ਪਾਈ ਹੋਈ ਕਬੱਡੀ ਹੈ ਖੇਡ ਮੈਦਾਨ ਦੇ ਅੰਦਰ ਦੇਖਦੇ ਵੀ ਇਸ ਸਮੇਂ ਗੋਲੂ ਕਬੱਡੀ ਪਾ ਰਿਹਾ ਹੈ ਪਰ ਸਾਹਮਣੇ ਫੈਸਲਾ ਇਸ ਸਮੇਂ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਹੈ। ਪੁਆਇੰਟ ਜਿਹੜਾ ਧੰਨੇ ਸ਼ਹੀਦ ਪਿੰਡ ਦਾ ਹੈ। ਚੱਲ ਵੀ ਰਾਜੂ ਭਾ ਵੀ ਨੌਜਵਾਨ ਕਬੱਡੀ ਇੱਧਰ ਬਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਨੌਜਵਾਨ ਕਬੱਡੀ ਪਾਉਣ ਦੇ ਲਈ ਨੌਜਵਾਨ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਵਾਧਾ ਹੋਇਆ। ਚਾਰ ਜਾਫੀ ਨੇ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਧੰਨਾ ਸ਼ਹੀਦ ਪਿੰਡ ਦੇ ਪਾਈ ਹੋਈ ਕਬੱਡੀ ਹੈ। ਦੇਖਦੇ ਵੀ ਸਾਹਮਣੇ ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਹੱਟ ਕਬੱਡੀ ਯਾਰਾਂ ਦੀ ਜੁਗਨੂ ਔਰ ਰਾਜੂ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੈ। ਚੱਲ ਵੀ ਨੌਜਵਾਨਾਂ ਭਾਵੀ ਕਬੱਡੀ ਗੋਲੂ ਇਸ ਸਮੇਂ ਫਿਰ ਨੌਜਵਾਨ ਕਬੱਡੀ ਪਾਉਣ ਦੇ ਲਈ ਧੰਨੇ ਸ਼ਹੀਦ ਦੀ ਤਰਫੋਂ ਖੇਡ ਮੈਦਾਨ ਦੇ ਅੰਦਰ ਵਾਧਾ ਹੋਇਆ। ਇੱਧਰਲੇ ਬੰਨੇ ਪਾਈ ਹੋਈ ਕਬੱਡੀ ਰੋਡਿਆਂ ਦੀ ਟੀਮ ਨੂੰ ਇੱਕ ਵਾਰੀ ਫਿਰ ਬੇਨਤੀ ਹੈ ਰੋਡਿਆਂ ਦੀ ਟੀਮ ਜਲਦੀ ਦੇ ਨਾਲ ਗਰਾਊਂਡ ਵੱਲ ਆ ਜਾਵੇ। ਰੋਡਿਆਂ ਦੀ ਟੀਮ ਧੱਲੇਗਿਆਂ ਦੀ ਟੀਮ ਪਹੁੰਚੀ ਹੋਈ ਹੈ। ਅਸੀਂ ਕੋਈ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਾਂਗੇ। ਨਾਲ ਹੀ ਕਬੱਡੀ ਓਪਨ ਦੀਆਂ ਟੀਮਾਂ ਨੂੰ ਵੀ ਬੇਨਤੀ ਹੈ ਮੇਰੇ ਵੀਰ ਆਪੋ ਆਪਣੀ ਐਂਟਰੀ ਫੀਸ ਜਿਹੜੀ ਪ੍ਰਬੰਧਕ ਵੀਰਾਂ ਕੋਲੇ ਪਹੁੰਚਦੀ ਕਰ ਦਿਓ। ਕਬੱਡੀ ਓਪਨ ਦੀਆਂ ਟੀਮਾਂ ਜਿੰਨੀਆਂ ਵੀ ਟੀਮਾਂ ਕਬੱਡੀ ਓਪਨ ਦੀਆਂ ਇੱਥੇ ਪਹੁੰਚੀਆਂ ਨੇ ਸਾਰੀਆਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਹੈ ਮੇਰੇ ਵੀਰ ਆਪੋ ਆਪਣੀ ਐਂਟਰੀ ਫੀਸ ਜਿਹੜੀ ਪ੍ਰਬੰਧਕ ਵੀਰਾਂ ਕੋਲੇ ਪੁੱਜਦੀ ਕਰ ਦਿਓ ਤਾਂ ਜੋ ਆਪਾਂ ਸਮੇਂ ਸਿਰ ਮੈਚ ਜਿਹੜੇ ਸਟਾਰਟ ਕਰਵਾ ਸਕੀਏ। ਇੱਧਰਲੇ ਬੰਨੇ ਕੀਤੀ ਹੋਈ ਕੋਸ਼ਿਸ਼ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਪੁਆਇੰਟ ਤਲਵੰਡੀ ਭੰਗੇਰੀਆਂ ਦਾ ਹੈ। ਚੱਲ ਵੀ ਜਵਾਨਾ ਪਾਵੀ ਕਬੱਡੀ ਇੱਧਰਲੇ ਬੰਨੇ ਅਗਲੀ ਕਬੱਡੀ ਇਸ ਸਮੇਂ ਫਿਰ ਵੇਖਦੇ ਵੀ ਧੰਨੇ ਸ਼ਹੀਦ ਦੀ ਤਰਫੋਂ ਨੌਜਵਾਨ ਇਸ ਸਮੇਂ ਗੋਲੂ ਰੱਜੀ ਵਾਲੇ ਪਿੰਡ ਦਾ ਖੇਡ ਮੈਦਾਨ ਦੇ ਅੰਦਰ ਕਬੱਡੀ ਪਾਉਣ ਦੇ ਲਈ ਫਿਰ ਇਸ ਸਮੇਂ ਵਾਧਾ ਹੋਇਆ ਹੈ। ਚੱਲ ਵੀ ਇੱਧਰਲੇ ਬੰਨੇ ਗੋਲੂ ਦੀ ਕਬੱਡੀ ਹੈ ਔਰ ਚਾਰ ਜਾਫੀ ਹੈ ਤਲਵੰਡੀ ਭੰਗੇਰੀਆਂ ਪਿੰਡ ਦੇ। ਦੇਖਦੇ ਵੀ ਜਿੱਥੋਂ ਦੇ ਧੰਮੇ ਵਰਗੇ ਪ੍ਰਸਿੱਧ ਹੋਏ ਹੈ ਪਰ ਇੱਧਰਲੇ ਬੰਨੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਹੈ ਔਰ ਇੱਧਰ ਪੁਆਇੰਟ ਧੰਨੇ ਸ਼ਹੀਦ ਦੀ ਟੀਮ ਦਾ ਹੈ। ਰਾਜੂ ਇਸ ਸਮੇਂ ਫਿਰ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਵਾਧਾ ਹੋਇਆ ਹੈ।
ਇਧਰਲੇ ਬੰਨੇ ਵੇਖਾਂਗੇ ਵੀ ਚਾਰ ਜਾਫੀ ਇਹ ਤੰਨਾ ਸ਼ਹੀਦ ਪਿੰਡ ਹੈ, ਤਲਵੰਡੀ ਭਾਈ ਦੇ ਬਿਲਕੁਲ ਲਾਗੇ ਵਸਿਆ ਹੋਇਆ ਪਿੰਡ ਹੈ। ਰੋਡੇ ਵਰਸੀ ਧੱਲੇ ਗਏ, ਰੋਡੇ ਤੇ ਧੱਲੇ ਗਏ। ਲਓ ਰੋਡਿਆਂ ਦੀ ਟੀਮ ਵੀ ਜਿਹੜੀ ਖੇਡ ਮੈਦਾਨ ਵੱਲ ਆ ਰਹੀ ਹੈ, ਧੱਲੇ ਗਿਆਂ ਦੀ ਟੀਮ ਪਹੁੰਚੀ ਹੋਈ ਹੈ। ਨਾਲ ਹੀ ਜੰਡਸਰ ਤੇ ਮਜੂਕੇ, ਜੰਡਸਰ ਸਹੌਰ ਵਰਸੀ ਮਜੂਕੇ, ਇਹਨਾਂ ਟੀਮਾਂ ਨੂੰ ਵੀ ਬੇਨਤੀ ਹੈ ਮੇਰੇ ਵੀਰ ਤਿਆਰੀਆਂ ਖਿੱਚ ਲਓ। ਔਰ ਇਧਰਲੇ ਬੰਨੇ ਨਾਲ ਹੀ ਸੁਖਚੈਨ ਚੋਟੀਆਂ, ਇਹ ਵੀ ਮੇਰਾ ਵੀਰ ਤਿਆਰੀ ਖਿੱਚ ਲਏ। ਇਧਰਲੇ ਬੰਨੇ ਅਗਲੀ ਕਬੱਡੀ ਫਿਰ ਵੇਖਦੇ ਵੀ ਗੋਲੂ ਇਸ ਸਮੇਂ ਖੇਡ ਮੈਦਾਨ ਦੇ ਅੰਦਰ। ਨਾਲ ਹੀ ਇੱਕ ਵਾਰੀ ਫਿਰ ਤੋਂ ਆਪਾਂ ਧੰਨਵਾਦ ਕਰਾਂਗੇ ਸਾਰੇ ਸਾਡੇ ਐਨ ਆਰ ਆਈ ਵੀਰਾਂ ਦਾ, ਪ੍ਰਵਾਸੀ ਪੰਜਾਬੀ ਭਰਾਵਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਵੱਧ ਚੜ ਕੇ ਇਸ ਖੇਡ ਮੇਲੇ ਦੇ ਵਿੱਚ ਆਪਣੇ ਯੋਗਦਾਨ ਪਾਏ ਹੈ। ਇਧਰਲੇ ਬੰਨੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਗੱਭਰੂ ਆ ਭਾਵੀ ਕਬੱਡੀ, ਕਲੀ ਵਾਲਾ ਹੀਰਾ ਕਲੀ ਵਾਲਾ ਸਾਡਾ ਵੀਰ, ਉਹ ਵੀ ਆਪਣੀਆਂ ਡਿਊਟੀਆਂ ਤੇ ਪਹੁੰਚੇ। ਨਾਲ ਹੀ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਸਾਰੀਆਂ ਟੀਮਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਸਾਡੇ ਜਿਹੜਾ ਪ੍ਰਬੰਧਕ ਕਮੇਟੀ ਦਾ ਫੈਸਲਾ ਵੀ ਜਿਹੜੀਆਂ 32 ਟੀਮਾਂ ਕਬੱਡੀ ਓਪਨ ਦੀਆਂ ਐਂਟਰ ਕੀਤੀਆਂ ਜਾਣੀਆਂ, 20 ਟੀਮਾਂ ਤਕਰੀਬਨ 22 ਟੀਮਾਂ ਸਾਡੇ ਕੋਲੇ ਪਹੁੰਚ ਗਈਆਂ, ਉਹਨਾਂ ਨੂੰ ਅਸੀਂ ਏ ਪੂਲ ਦੇ ਵਿੱਚ ਰੱਖ ਕੇ ਉਹਨਾਂ ਦੀਆਂ ਜਿਹੜੀਆਂ ਟਾਈਆਂ ਕੱਢਣ ਜਾ ਰਹੇ ਹਾਂ। ਜੇਕਰ ਇਸ ਤੋਂ ਬਾਅਦ ਕਬੱਡੀ ਓਪਨ ਦੀਆਂ ਟੀਮਾਂ ਆਉਂਦੀਆਂ, ਉਹ ਅਸੀਂ 20 ਪੂਲ ਦੇ ਵਿੱਚ ਰੱਖ ਕੇ ਉਹਨਾਂ ਦੀਆਂ ਟਾਈਆਂ ਕੱਢ ਦਾਂਗੇ। ਇੱਕ ਦੋ ਮਿੰਟ ਦੇ ਵਿੱਚ ਅਸੀਂ ਜਿਹੜੀਆਂ ਟਾਈਆਂ ਕੱਢਣ ਜਾ ਰਹੇ। ਜੇਕਰ ਕਿਸੇ ਵੀ ਟੀਮ ਨੂੰ ਕੋਈ ਕਿੰਤੂ ਪ੍ਰੰਤੂ ਹੈ ਉਹ ਆ ਸਕਦੇ ਹੋ, ਤੇ ਜਿਹਨਾਂ ਦੀ ਐਂਟਰੀ ਫੀਸ ਅਜੇ ਰਹਿੰਦੀ ਹੈ ਜਾਂ ਟੀਮ ਐਂਟਰ ਕਰਾਉਣ ਵੱਲੋਂ ਰਹਿੰਦੀ ਹੈ, ਉਹ ਮੇਰੇ ਵੀਰ ਆਪਣੀ ਐਂਟਰੀ ਫੀਸ ਵੀ ਪਹੁੰਚਦੀ ਕਰ ਦਿਓ ਤੇ ਆਪਣੀ ਟੀਮ ਵੀ ਐਂਟਰ ਕਰਵਾ ਜਾਓ। ਕਬੱਡੀ ਓਪਨ ਦੀਆਂ ਟੀਮਾਂ, ਕਬੱਡੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ, ਜਿੰਨੀਆਂ ਵੀ ਟੀਮਾਂ ਪਹੁੰਚੀਆਂ ਸਾਰੀਆਂ ਟੀਮਾਂ ਦਾ ਧੰਨਵਾਦ ਹੈ। ਲਓ ਰਾਜੂ ਇਸ ਸਮੇਂ ਤਲਵੰਡੀ ਭੰਗੇਰੀਆਂ ਪਿੰਡ ਦਾ ਗੱਭਰੂ ਕਬੱਡੀ ਪਾ ਰਿਹਾ ਹੈ, ਤੰਨਾ ਸ਼ਹੀਦ ਪਿੰਡ ਦਾ। ਇਸੇ ਨਾਲ ਹੀ ਮੁਕਾਬਲਾ ਜਿਹੜਾ ਸਮਾਪਤ ਹੈ। ਚੱਲਦੇ ਹੋਏ ਮੈਚ ਦੇ ਵਿੱਚ ਤੰਨੇ ਸ਼ਹੀਦ ਦੇ ਪੁਆਇੰਟ 20.5 ਪੁਆਇੰਟ ਹੈ ਔਰ ਤਲਵੰਡੀ ਭੰਗੇਰੀਆਂ ਦੇ 15 ਪੁਆਇੰਟ ਹੈ। 15-20 ਦੇ ਮੁਕਾਬਲੇ ਤੰਨਾ ਸ਼ਹੀਦ ਜੇਤੂ ਰਿਹਾ ਹੈ। ਤੰਨੇ ਸ਼ਹੀਦ ਦੀ ਟੀਮ ਜਿਹੜੀ 22 ਦੇ ਵਿੱਚ ਹੈ ਜੀ। ਆਓ ਰੋਡੇ ਤੇ ਧੱਲੇ ਕੇ ਜੰਡਸਰ ਸਹੌਰ ਵਰਸੀ ਚ ਮੱਝੂ ਕੇ ਨਾਲ ਹੀ ਆਪਣਾ ਜਿਹੜੇ ਵਾਲੀਬਾਲ ਦੇ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਗਏ ਹੈ ਉਹਦੇ ਵਿੱਚ ਜਿਹੜਾ ਫਾਸਟ ਪ੍ਰਾਈਜ਼ ਹੈ ਬੱਲੋ ਦੀ ਟੀਮ ਨੇ ਹਾਸਲ ਕੀਤਾ ਹੈ, ਦੂਸਰੇ ਨੰਬਰ ਤੇ ਜੰਡ ਵਾਲੇ ਦੀ ਟੀਮ ਰਹੀ ਹੈ। ਇਹਨਾਂ ਟੀਮਾਂ ਦਾ ਵੀ ਧੰਨਵਾਦ ਹੈ, ਵਾਲੀਬਾਲ ਦੀਆਂ ਵੀ ਜਿੰਨੀਆਂ ਟੀਮਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਭਾਗ ਲਿਆ ਹੈ। ਆਓ ਰੋਡੇ ਵਰਸੀ ਚ ਧੱਲੇ ਕੇ, ਰੋਡੇ ਵਰਸੀ ਚ ਧੱਲੇ ਕੇ ਬਾਂਟੀ ਡਾਲਾ, ਬਾਂਟੀ ਡਾਲੇ ਪਿੰਡ ਦਾ ਜਿੱਥੇ ਵੀ ਮੇਰਾ ਵੀਰ ਆਵਾਜ਼ ਸੁਣਦਾ ਹੈ ਉਹ ਵੀ ਗਰਾਊਂਡ ਵੱਲ ਆ ਜਾਵੇ। ਬਾਂਟੀ ਡਾਲੇ ਪਿੰਡ ਦਾ
ਨਾਲ ਇੱਕ ਬੇਨਤੀ ਹੈ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਵੀ ਜਿਹੜੀਆਂ ਜਾਲ ਦੇ ਦੁਆਲੇ ਦਰੀਆਂ ਵਿਛਾਈਆਂ ਗਈਆਂ ਹੈ ਇਹ ਦਰਸ਼ਕ ਵੀਰਾਂ ਦੇ ਬੈਠਣ ਦੇ ਲਈ ਹੈ। ਕੋਈ ਵੀ ਸਾਡਾ ਦਰਸ਼ਕ ਵੀਰ ਇਹਨਾਂ ਦੇ ਉੱਪਰ ਆਪਣਾ ਮੋਟਰਸਾਈਕਲ ਜਾਂ ਸਕੂਟਰ ਵਗੈਰਾ ਇਹਨਾਂ ਦੇ ਉੱਪਰ ਨਾ ਖੜੇ ਕਰੋ। ਇਹ ਹੱਥ ਬੰਨ ਕੇ ਬੇਨਤੀ ਹੈ ਸਾਡੇ ਪ੍ਰਬੰਧਕ ਵੀਰਾਂ ਵੱਲੋਂ। ਇਸ ਸਮੇਂ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ। ਰੋਡਿਆਂ ਦੀ ਟੀਮ ਜਿਹੜੀ ਇਹ ਟੀਮ ਆ ਗਈ ਹੈ ਸਟੇਜ ਦੇ ਸੱਜੇ ਹੱਥ, ਸਟੇਜ ਦੇ ਸੱਜੇ ਹੱਥ ਰੋਡੇ ਪਿੰਡ ਦੀ ਟੀਮ ਹੈ। ਦੂਸਰੇ ਪਾਸੇ ਟੀਮ ਜਿਹੜੀ ਇਹ ਟੀਮ ਧੱਲੇ ਕੇ ਪਿੰਡ ਦੀ ਹੈ, ਧੱਲੇ ਕੇ ਵਰਸਿਜ ਰੋਡੇ ਜੰਡਸਰ ਵਰਸਿਜ ਮੱਝੂ ਕੇ, ਜੰਡਸਰ ਸਹੌਰ ਵਰਸਿਜ ਮੱਝੂ ਕੇ। ਇਹਨਾਂ ਟੀਮਾਂ ਨੂੰ ਵੀ ਬੇਨਤੀ ਹੈ ਵੀ ਜਲਦੀ ਦੇ ਨਾਲ ਗਰਾਊਂਡ ਦੇ ਨੇੜੇ ਆ ਜਾਣ। ਹੈਲੋ ਸ਼ੇਰੂ, ਇਸ ਸਮੇਂ ਦੇਖਦੇ ਵੀ ਰੋਡਿਆਂ ਦੀ ਟੀਮ ਦੇ ਵੱਲੋਂ ਗੱਭਰੂ ਕਬੱਡੀ ਪਾ ਰਿਹਾ ਹੈ, ਪਰ ਦੂਸਰੇ ਪਾਸੇ ਨੌਜਵਾਨ ਜਾਫੀ ਕਹਿੰਦੇ ਵੀ ਧੱਲੇ ਕੇ ਪਿੰਡ ਦਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਪੂਰੀ ਕੋਸ਼ਿਸ਼ ਕਰਦਾ ਹੋਇਆ ਜੱਫਾ ਲਾਉਣ ਦੇ ਲਈ। ਲਓ ਅੰਕ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ, ਚੱਲ ਵੀ ਨੌਜਵਾਨ ਪਾ ਵੀ ਕਬੱਡੀ ਇਧਰਲੇ ਬੰਨੇ। ਕਲੀ ਵਾਲੇ ਵੀਰ ਨੂੰ ਬੇਨਤੀ ਹੈ, ਹੀਰਾ ਕਲੀ ਵਾਲਾ ਜਿੱਥੇ ਵੀ ਆਵਾਜ਼ ਸੁਣਦਾ ਹੈ ਆਪਣੀਆਂ ਡਿਊਟੀਆਂ ਨੂੰ ਸਾਂਭ ਲਵੇ। ਹੀਰਾ ਕਲੀ ਵਾਲਾ, ਉਸ ਵੀਰ ਦਾ ਵੀ ਧੰਨਵਾਦ ਹੈ। ਨਾਰੀ ਕੱਲ ਕਲਾਂ ਵਾਲਾ ਲਕਸ਼ਮਣ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਹੈ, ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਵੀ ਸੋਹਣਾ ਖੇਡਿਆ, ਔਰ ਅੱਜ ਕੱਲ ਰੂਟਰ ਦੀਆਂ ਸੇਵਾਵਾਂ ਨੇ 30 ਸੈਕਿੰਡ ਦੇ ਰੈਪਰਸ਼ਿਪ ਦੀਆਂ ਵੱਡੀਆਂ ਜ਼ਿੰਮੇਵਾਰੀਆਂ। ਆਹ ਦੇਖਦੇ ਵੀ ਇਸ ਸਮੇਂ ਜੀਤਾ ਮਹਿਰੂ ਪਿੰਡ ਦਾ, ਪਰ ਦੂਸਰੇ ਪਾਸੇ ਗੱਭਰੂ ਕਹਿੰਦੇ ਵੀ ਰੋਡੇ ਪਿੰਡ ਹੈ। ਇਸ ਸਮੇਂ ਕੀਤੀ ਹੋਈ ਕੋਸ਼ਿਸ਼ ਹੈ ਔਰ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੈ। ਕਬੱਡੀ ਓਪਨ ਦੀਆਂ ਜਿਹੜੀਆਂ ਟਾਈਆਂ ਪਹਿਲੇ ਰਾਊਂਡ ਦੀਆਂ ਨਿਕਲ ਚੁੱਕੀਆਂ ਹੈ। ਨਾਲ ਇੱਕ ਬੇਨਤੀ ਹੈ ਵੀ ਕਿਸੇ ਵੀ ਟੀਮ ਦਾ ਮੈਚ ਅੱਗੇ ਪਿੱਛੇ ਨਹੀਂ ਕੀਤਾ ਜਾਣਾ, ਕਿਉਂਕਿ 12:30 ਹੋ ਗਏ ਹੈ, ਹਜੇ 15-20 ਮਿੰਟ ਹੋਰ ਲੱਗ ਜਾਣੇ ਹੈ, ਕਿਉਂਕਿ ਆਹ 2 ਮੈਚ ਸਾਡੇ ਕੋਲੇ ਬਾਕੀ ਹੈ। ਜਿਹੜੀ ਟੀਮ 1 ਵਜੇ ਤੱਕ ਨਹੀਂ ਗਰਾਊਂਡ ਦੇ ਵਿੱਚ ਜਾਂ ਪਲੇਅਰ ਨਹੀਂ ਆਉਂਦੇ ਉਹ ਫਿਰ ਕਦੋਂ ਆਉਣਗੇ। ਪਹਿਲਾ ਮੈਚ ਕਬੱਡੀ ਓਪਨ ਦਾ ਖੁਖਰਾਣਾ ਵਰਸਿਜ ਬਾਬਾ ਭਗਵਾਨ ਦਾਸ ਕਲੱਬ ਲੰਡੇ, ਦੂਜਾ ਮੈਚ ਕਬੱਡੀ ਓਪਨ ਗੁਰਜੀਤ ਕਲੱਬ ਚੰਦਨਵਾ ਵਰਸਿਜ ਬਘੇਲੇ ਵਾਲਾ, ਤੀਜਾ ਮੈਚ ਰੱਜੀ ਵਾਲਾ ਵਰਸਿਜ ਖੋਸਾ ਰਣਧੀਰ, ਚੌਥਾ ਮੈਚ ਡੇਮਰੂ ਵਰਸਿਜ ਖੋਸਾ ਰਣਧੀਰ। ਜਿਹੜਾ ਰੱਜੀ ਵਾਲੇ ਨਾਲ ਮੈਚ ਹੈ ਉਹ ਬਾਬਾ ਖੋਸਾ ਰਣਧੀਰ ਕਲੱਬ ਦਾ ਹੈ, ਰੱਜੀ ਵਾਲਾ ਤੇ ਬਾਬਾ ਖੋਸਾ ਰਣਧੀਰ ਕਲੱਬ, ਡੇਮਰੂ ਤੇ ਖੋਸਾ ਰਣਧੀਰ ਹੈ, ਨੱਥੋ ਕਹਿਣੇ ਗੁਰਬਖਸ਼ ਕਲੱਬ ਲੰਗੇਆਣੇ ਨਾਲ ਖੇਡਣਾ ਹੈ, ਤੰਬੂ ਮਹਿਲ ਸਪੋਰਟਸ ਕਲੱਬ ਡਗਰੂ ਨੇ ਕਾਲਕਾ ਏ ਨਾਲ ਖੇਡਣਾ ਹੈ, ਗੁਰੂ ਹਰ ਰਾਏ ਕਲੱਬ ਡਗਰੂ ਦਾ ਮੈਚ ਚਾਂਦਰਵੇ ਨਾਲ ਹੈ, ਰੋਡਿਆਂ ਦਾ ਮੈਚ ਝੰਡਿਆਣੇ ਪੱਛਮੀ ਨਾਲ ਹੈ। ਇਹ ਕਬੱਡੀ ਓਪਨ ਦੀਆਂ ਜਿਹੜੀਆਂ ਟਾਈਆਂ ਹੈ, ਪੁਖਰਾਣਾ ਤੇ ਲੰਡੇ, ਗੁਰਜੀਤ ਕਲੱਬ ਚਾਦਰਾਵਾਂ ਤੇ ਬਘੇਲਾ, ਰੱਜੀ ਵਾਲਾ ਤੇ ਬਾਬਾ ਖੋਸਾ ਰਣਧੀਰ,
ਡੇਮਰੂ ਤੇ ਖੋਸਾ ਰਣਧੀਰ ਨੱਥੋ ਕੇ ਤੇ ਗੁਰਬਖਸ਼ ਕਲੱਬ ਲੰਘਿਆਂ ਤੰਬੂ ਮਹਿਲ ਡਗਰੂ ਤੇ ਘਲ ਕਲਾਏ ਗੁਰੂ ਹਰ ਰਾਏ ਕਲੱਬ ਡਗਰੂ ਤੇ ਚਾਂਦਰਮਾ ਰੋਡੇ ਵਾਰਸੀ ਝੰਡਿਆਣਾ ਪੱਛਮੀ ਇਹ ਕਬੱਡੀ ਓਪਨ ਦੀਆਂ ਟੀਮਾਂ ਤਿਆਰ ਰਹਿਣ ਪਹਿਲਾ ਮੈਚ ਖੁਖਰਾਣਾ ਤੇ ਲੰਡੇ ਤਿਆਰੀ ਖਿੱਚ ਲਓ ਮੇਰੇ ਵੀਰ ਖੁਖਰਾਣਾ ਵਾਰਸੀ ਬਾਬਾ ਭਗਵਾਨ ਦਾਸ ਕਲੱਬ ਲੰਡੇ ਤਿਆਰੀਆਂ ਖਿੱਚ ਲਓ ਪਹਿਲਾ ਮੈਚ ਕਬੱਡੀ ਓਪਨ ਦਾ ਇਹਨਾਂ ਟੀਮਾਂ ਦਾ ਹੋਵੇਗਾ ਇਧਰਲੇ ਬੰਨੇ ਵੇਖਦੇ ਵੀ ਧੱਲੇ ਕੇ ਪਿੰਡ ਹੈ ਬਾਬੇ ਮਹਿਤੇ ਦਾ ਪਿੰਡ ਹੈ ਕਬੱਡੀ ਦੇ ਪ੍ਰਸਿੱਧ ਖਿਡਾਰੀਆਂ ਦੇ ਪੇਂਡੂ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਜਦੋ ਜਹਿਦ ਕਰ ਰਹੇ ਹੈ ਔਰ ਇਧਰਲੇ ਬੰਨੇ ਚੱਲਦਾ ਹੋਇਆ ਮੈਚ ਹੈ ਸਾਹਮਣੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਅਗਲਾ ਮੈਚ ਜੜਸਰ ਸਹੌਰ ਵਾਰਸੀ ਮੱਝੂ ਕੇ ਆਓ ਵੀ ਅਗਲੀਆਂ ਜਿਹੜੀਆਂ ਮਾਈਕ ਤੇ ਕਬੱਡੀਆਂ ਮੇਰਾ ਵੀਰ ਸੁਖਚੈਨ ਬਰਾੜ ਚੋਟੀਆਂ ਬਹੁਤ ਬਹੁਤ ਧੰਨਵਾਦ ਸਾਡਾ ਵੀਰ ਦਿਲਬਾਗ ਬਰਾੜ ਮੇਰੇ ਤੋਂ ਪਹਿਲਾਂ ਮਾਈਕ ਤੋਂ ਸੇਵਾਵਾਂ ਦੇ ਕੇ ਗਿਆ ਨਾਲ ਹੀ ਧੰਨਵਾਦੀ ਹਾਂ ਜੀ ਬਿੰਦਰ ਮਿਸ਼ਰੀ ਵਾਲਾ ਦੇ ਔਰ ਸਭ ਤੋਂ ਪਹਿਲਾਂ ਅਸੀਂ ਧੰਨਵਾਦੀ ਹਾਂ ਸਾਰੇ ਹੀ ਕਲੱਬ ਵਾਲੇ ਵੀਰਾਂ ਦੇ ਪ੍ਰਵਾਸੀ ਭਰਾਵਾਂ ਦੇ ਜਿਨ੍ਹਾਂ ਦੀ ਬਦੌਲਤ ਅੱਜ ਦਾ ਇਹ ਖੇਡ ਮੇਲਾ ਆਪਾਂ ਤੀਜੇ ਦਿਨ ਦੇ ਵਿੱਚ ਇਹਨੇ ਪ੍ਰਵੇਸ਼ ਕੀਤਾ ਮੇਰੇ ਵੀਰਿਓ ਭਰ ਜੋਬਨ ਤੇ ਆ ਤੁਸੀਂ ਤੱਕ ਰਹੇ ਹੋ ਔਰ ਬੜੇ ਧੰਨਵਾਦੀ ਹਾਂ ਜੀ ਅਸੀਂ ਸਾਡੇ ਪ੍ਰਵਾਸੀ ਭਰਾਵਾਂ ਦੇ ਬਾਈ ਲਖਵੀਰ ਸਿੰਘ ਜੀ USA ਬਾਈ ਹਰਦੀਪ ਕੈਨੇਡਾ ਬਾਈ ਜਸਵੀਰ USA ਨਾਲ ਸਾਡਾ ਵੀਰ ਗੁਰਜੰਟ ਕੈਨੇਡਾ ਵਾਲਾ ਤੇ ਨਾਲ ਸਾਡਾ ਵੀਰ ਜਗਦੀਪ USA ਵਾਲਾ ਸਾਡੀ ਜ਼ਿੰਦਗੀ ਦਾ ਬੜਾ ਪਿਆਰਾ ਮਿੱਤਰ ਪ੍ਰਵਾਸੀ ਭਰਾਵਾਂ ਦੇ ਵੀ ਬੜੇ ਧੰਨਵਾਦੀ ਆ ਜਿਨ੍ਹਾਂ ਵੱਲੋਂ ਸਾਨੂੰ 2,05,000 ਰੁਪਇਆ ਪੁੱਜਿਆ ਜੀ ਰੋਡਿਆਂ ਵਾਲਾ ਧਾਵੀ ਇਸ ਵੇਲੇ ਮੇਰੇ ਵੀਰੋ ਧੱਲੇਕਿਆਂ ਦੇ ਵਿਹੜੇ ਦੇ ਵਿੱਚ ਕਬੱਡੀ ਪਾ ਰਿਹਾ ਹੈ ਵਾਹ ਇਹ ਆਲਮ ਵਾਲੀਏ ਅਜਮੇਰ ਦਾ ਪੁੱਤਰ ਹੈ ਮੇਰੇ ਵੀਰੋ ਸ਼ੇਰੂ ਨੌ ਹੈ ਇਹ ਗੱਭਰੂ ਦਾ ਔਰ ਦੇਖਦੇ ਹਾਂ ਕਬੱਡੀ ਇਹਨੂੰ ਗੁੜਤੀ ਦੇ ਵਿੱਚ ਮਿਲੀ ਆ ਚਾਰ ਜਾਫੀ ਨੇ ਅੱਗੇ ਪੂਰੀ ਤਿਆਰੀ ਦੇ ਵਿੱਚ ਦੇਖਦੇ ਹਾਂ ਕਿਹਦੇ ਨਾਲ ਹੁੰਦੀਆਂ ਨੇ ਹੱਥ ਜੋੜੀਆਂ ਵਾਹ ਪੁਆਇੰਟ ਜਿਹੜਾ ਸ਼ੇਰੂ ਨੇ ਰੋਡਿਆਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੋੜਤਾ ਮੇਰੇ ਵੀਰੋ ਕਰਮਾ ਚੱਕਰ ਵਾਲਾ ਮਹਾਨ ਖਿਡਾਰੀ ਆਪਣੇ ਸਮੇਂ ਦਾ ਉੱਧਰ ਰੁਪਿੰਦਰ ਸੰਦੌੜ ਪਿੰਡ ਵਾਲਾ ਸਭ ਤੋਂ ਛੋਟੀ ਉਮਰ ਦਾ ਪਹਿਰਾ ਮੇਰੇ ਵੀਰੋ ਕਬੱਡੀ ਜਗਤ ਦਾ ਤਰਸੇਮ ਸਿੰਘ ਸੰਦੌੜ ਦਾ ਪੁੱਤਰ ਹੈ ਔਰ ਇਸ ਵੇਲੇ ਇਹ ਕਬੱਡੀ ਧੱਲੇਕਿਆਂ ਦੀ ਤਰਫੋਂ ਹੈ ਜਿੱਥੋਂ ਦੇ ਚਰਨੇ ਵਰਗੇ ਪ੍ਰਸਿੱਧ ਨੇ ਜਿੱਥੋਂ ਦੇ ਬਾਬੇ ਮਹਿਤੇ ਵਰਗਿਆਂ ਨੇ ਤਕੜੀ ਕਬੱਡੀ ਖੇਡੀ ਕਿ ਕੁੱਕੜ ਕਬੂਤਰ ਘੋੜੀਆਂ ਵਾਹ ਕਿ ਚੱਕ ਲੈ ਭਾਈ ਜੀ ਮੁੰਡਾ ਤੇਰੇ ਵੱਲ ਝਾਕਦਾ ਹੈ ਨਾਲ ਹੀ ਧੰਨਵਾਦੀਆਂ ਜੀ ਜਿਨ੍ਹਾਂ ਨੇ ਲੰਗਰ ਦੀ ਜਿਹੜੀ ਸੇਵਾ ਸਾਡੇ ਵੀਰਾਂ ਨੇ 30,000 ਤੇ 100 ਰੁਪਈਆ ਸਾਨੂੰ ਗੁਪਤਦਾਨ ਪੁੱਜਿਆ ਨਾਲ ਹੀ ਸਾਡਾ ਵੀਰ ਹੈ ਅਮਰ ਸਰਾਂ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸਰਦਾਰ ਸੂਬਾ ਸਿੰਘ ਸਰਪੰਚ ਦੇ ਲਫਤ ਜ਼ਿਕਰ ਆ ਉਹਨਾਂ ਦਾ ਬੇਟਾ ਮੇਰੇ ਵੀਰੋ 21,000 ਰੁਪਈਆ ਉਹਨਾਂ ਵੱਲੋਂ ਆ ਉਹਨਾਂ ਦੀ ਵਾਈਫ ਯਾਨੀ ਕਿ ਸਰਦਾਰ ਸੂਬਾ ਸਿੰਘ ਜੀ ਦੀ ਨੂੰਹ ਹੈ ਜਿਹੜੀ ਉਹਨਾਂ ਵੱਲੋਂ ਬੀਬੀ ਰਮਨਦੀਪ ਕੌਰ ਸਰਾਂ ਵੱਲੋਂ ਵੀ ਸਾਨੂੰ 11,000 ਰੁਪਈਆ ਪੁੱਜਿਆ ਨਾਲ ਹੀ ਸਾਡੇ ਵੀਰ ਪੀਪਲਸ ਫਾਈਨਸ ਵਾਲੇ 10,000 ਇਹਨਾਂ ਵੱਲੋਂ ਹੈ ਹਰਜੀਤ ਇਟਲੀ ਸਾਡਾ ਬੜਾ ਪਿਆਰਾ ਮਿੱਤਰ ਆ ਜਿਨ੍ਹਾਂ ਨੂੰ ਆਪਾਂ ਬਾਟੀ ਵੀ ਕਹਿ ਦਿੰਦੇ ਹਾਂ ਪਿਆਰ ਦੇ ਨਾਲ 1100 ਇਹਨਾਂ ਵੱਲੋਂ ਆ ਸਰਬਜੀਤ ਸਾਡਾ ਵੀਰ 1100 ਨਾਲ ਹੀ ਸਾਡਾ ਵੀਰ ਕੁਲਦੀਪ ਸਿੰਘ ਜੀ ਸੁਸਾਇਟੀ ਪ੍ਰਧਾਨ ਵੀ ਨੇ 1500 ਇਹਨਾਂ ਵੱਲੋਂ ਆ ਨਾਲ ਹੀ ਰਣਜੀਤ ਸਿੰਘ ਜੀ ਸਾਡਾ ਚਾਚਾ ਜੀ ਪੰਮਾ ਪ੍ਰਧਾਨ ਨੇ ਵੀ ਇਹਨਾਂ ਨੇ ਵੀ ਸਾਨੂੰ 1100 ਰੁਪਇਆ ਦਿੱਤਾ ਔਰ ਨਾਲ ਹੀ ਸਰਦਾਰ ਹੈਲੋ ਆ ਰੇਡਰ ਵੀਰ ਜਿਹੜਾ ਸਟੋਪਰ ਨੂੰ ਚੱਕ ਕੇ ਲਗਿਆ ਸੀ
ਰੇਡਰ ਵੀਰ ਜਿਹੜਾ ਸਟੋਪਰ ਨੂੰ ਚੱਕ ਲਿਆ ਸੀ ਇਹਦੀ ਹੌਸਲਾ ਅਫਜਾਈ ਲਈ ਸਰਦਾਰ ਜਗਤਾਰ ਸਿੰਘ ਸਰਪੰਚ ਵੱਲੋਂ ਸਪੈਸ਼ਲ ਇਨਾਮ ਹੈ। ਸਾਡੀ ਟੂਰਨਾਮੈਂਟ ਕਮੇਟੀ ਵੱਲੋਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਨਾਲ ਹੀ ਸਰਦਾਰ ਜਗਰਾਜ ਸਿੰਘ ਜੀ ਹੁਣੀ ਇਹਨਾਂ ਵੱਲੋਂ ਵੀ ਸਾਨੂੰ 1500 ਰੁਪਇਆ ਪੁੱਜਿਆ ਜੀ ਲੰਗਰ ਦੀ ਸੇਵਾ ਵਾਸਤੇ, ਔਰ 2,05,000 ਰੁਪਇਆ ਸਾਡੇ ਵੀਰਾਂ ਵੱਲੋਂ ਲਖਵੀਰ USA ਨਾਲ ਹਰਦੀਪ ਕੈਨੇਡਾ, ਗੁਰਜੰਟ ਕੈਨੇਡਾ ਨਾਲ ਸਾਡਾ ਵੀਰ ਜਗਦੀਪ USA ਵਾਲਾ, ਔਰ ਨਾਲ ਹੀ ਜਿੰਨੇ ਵੀ ਸਾਡੇ ਹੋਰ ਵੀਰ ਨੇ ਸਾਰੇ ਹੀ ਪ੍ਰਵਾਸੀ ਭਰਾ ਜਿਹੜੇ ਵੀ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਬੈਠੇ ਨੇ, ਅਸੀਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੀ। ਨਾਲ ਹੀ ਜਸਵੀਰ ਸਾਡਾ ਵੀਰ USA ਵਾਲਾ, ਅਸੀਂ ਸਾਰੇ ਵੀਰਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜਾ www.punjablive1.com ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਹੋਏ ਨੇ। ਨਾਲ ਹੀ ਅਗਲੇ ਮੁਕਾਬਲੇ ਦੇ ਲਈ ਜੰਡਸਰ ਸਹੌਰ ਤੇ ਮੱਝੂ ਕੇ ਪੁੱਜਣ, ਉਧਰ ਨਾਲ ਹੀ ਕਹਿੰਦੇ ਵੀ ਸਾਡਾ ਵੀਰ ਅਮਰ ਸਰਾਂ ਵੀ ਜਿਹੜਾ www.punjablive1.com ਦੇ ਜ਼ਰੀਏ ਸਾਡੇ ਨਾਲ ਜੁੜ ਚੁੱਕਿਆ ਆਸਟ੍ਰੇਲੀਆ ਤੋਂ, ਔਰ ਉਧਰ ਸਾਡੇ ਬਾਈ ਜੀ ਹੁਣੀ ਲਖਵੀਰ ਹੁਣੀ ਬੜੇ ਸਾਡਾ ਵੱਡੇ ਰਿਸਪੈਕਟਡ ਬ੍ਰਦਰ ਨੇ, ਬਾਈ ਬਖਤੌਰੇ ਹੋਣਾ ਦਾ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਚਾਚਾ ਜੀ ਸੂਬੇ ਸਿੰਘ ਹੋਣਾ ਦਾ, ਭੋਲੇ ਹੋਣਾ ਦਾ, ਮੇਰੇ ਵੀਰ ਭਿੰਦੇ ਹੋਣਾ ਦਾ, ਬੜਾ ਪਿਆਰ ਆ ਆਪਸ ਦੇ ਵਿੱਚ ਇਹਨਾਂ ਸਾਡੇ ਸਾਰੇ ਵੀਰਾਂ ਦਾ, ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਜਿੰਨੇ ਵੀ ਕਲੱਬ ਦੇ ਵੀਰ ਨੇ। ਔਰ ਇਸ ਵੇਲੇ ਇਹ ਕਬੱਡੀ ਸਾਂਵਲੇ ਜੇ ਰੰਗ ਦੇ ਵਿੱਚ, ਕਾਲੇ ਦੀ ਆ ਮੇਰੇ ਵੀਰਿਓ, ਕਾਲਾ ਇਸ ਵੇਲੇ ਰੋਡਿਆਂ ਦੀ ਤਰਫੋਂ ਕਬੱਡੀ ਪਾਉਂਦਾ, ਇੱਕ ਕਾਲਾ ਮੇਰੇ ਵੀਰਿਓ ਪ੍ਰਸਿੱਧ ਹੋਇਆ ਸ਼ੇਰਪੁਰੀਆ ਜਿਹੜਾ ਗਾਲਬ ਦੇ ਲਈ ਲੰਮਾ ਸਮਾਂ, ਇੱਕ ਗਾਜੀ ਆਣੀ ਆ ਕਿ ਬਚਪਨ ਦੇ ਵਿੱਚ ਪਾਲ ਲੰਗੋਟੀ ਕੁੱਦਿਆ ਵਿੱਚ ਮੈਦਾਨੀ, ਕਹਿੰਦੇ ਟਾਂਡੀ ਵਾਲਾ ਫਿੱਡੂ ਢਾਲਿਆ ਚੜ੍ਹ ਗਈ ਜਦੋਂ ਜਵਾਨੀ, ਤੇ ਵਿੱਚ ਕੈਨੇਡਾ ਜਾ ਕੇ ਜਿੱਤਿਆ ਕੱਪ ਟੋਰਾਂਟੋ ਵਾਲਾ, ਐਵੇਂ ਨਹੀਂ ਜਰਨੈਲ ਕਹਾਉਂਦਾ ਗਾਜੀ ਆਣੀ ਆ ਕਾਲਾ। ਸਰਦਾਰ ਪ੍ਰਤਾਪ ਸਿੰਘ ਜੀ ਭਾਗਾ ਬੋਲਾਂ ਤੋਂ ਖੁਸ਼ ਹੋ ਕੇ ਆਪਣੇ ਛੋਟੇ ਵੀਰ ਦੇ ਲਈ 100 ਰੁਪਏ ਦੇ ਮਾਨ ਸਨਮਾਨ ਭੇਜਦੇ ਆ, ਮੈਂ ਤਹਿ ਦਿਲੋਂ ਧੰਨਵਾਦੀ ਹਾਂ ਪ੍ਰਤਾਪ ਸਿੰਘ ਭਾਗਾ ਜੀ ਦਾ। ਚਲੋ ਜਿੱਤਿਆ ਭਾ ਕਬੱਡੀ, ਇਹਦਾ ਮੁੰਡੇ ਦਾ ਜੱਦੀ ਪਿੰਡ ਮੇਰੇ ਵੀਰੋ ਮਹਿਰੋਂ ਆ, ਅੱਜ ਉਧਾਰਾ ਲੈ ਲਿਆ ਧੱਲੇ ਕੇ ਵਾਲਿਆਂ ਨੇ, ਹਲਕੀ ਸੱਟ ਲੱਗੀ ਆ ਨੌਜਵਾਨ ਦੇ ਮੋਢੇ ਦੇ ਉੱਪਰ, ਜ਼ਖਮੀ ਸ਼ੇਰ ਹੈ, ਕਹਿੰਦੇ ਸ਼ੇਰ ਜਦੋਂ ਜ਼ਖਮੀ ਹੋ ਜਾਂਦਾ ਫਿਰ ਹੋਰ ਵੀ ਖੂਖਾਰ ਹੋ ਜਾਂਦਾ। ਚਲੋ ਸ਼ਕੀਨਾ ਕਿ ਲੱਖਾ ਗਾਜੀਪੁਰੀ ਆ, ਕਹਿੰਦੇ ਰੇਡਰ ਚੋਟੀ ਦਾ ਤੇ ਲੱਲੀਆਂ ਦਾ ਸੰਦੀਪ ਨੀ ਲੋਕੋ ਕਿਸੇ ਤੋਂ ਰੋਕੀਦਾ, ਤੇ ਅੰਬਰੀ ਚੜੀਆਂ ਗੁੱਡੀਆਂ ਕੀਪੇ ਸੱਤੋਵਾਲ ਦੀਆਂ, ਹੋਣ ਕੋਮਲਾ ਘਰ ਘਰ ਗੱਲਾਂ ਬਿੱਟੂ ਜਗਾਲ ਦੀਆਂ, ਜੰਡ ਸਰ ਸਹੌਰ ਤੇ ਮੱਝੂ ਕੇ ਬਾਈ ਆ ਗਏ ਹੋ ਦੋਨੋਂ ਟੀਮਾਂ, ਹੱਥ ਖੜਾ ਕਰਕੇ ਦੱਸੋ। ਸ਼ਾਬਾਸ਼, ਬਹੁਤ ਬਹੁਤ ਧੰਨਵਾਦੀ ਜਿੰਨੇ ਵੀ ਦਾਨੀ ਸੱਜਣਾ ਨੇ, 10, 20, 50, 100, 1000, 10,000, 50,000 ਸਾਡੇ ਇਸ ਖੇਡ ਮੇਲੇ ਦੇ ਲਈ ਪੁੱਜਦਾ ਕੀਤਾ, ਅਸੀਂ ਸਾਰੇ ਵੀਰਾਂ ਦੇ ਧੰਨਵਾਦੀ ਹਾਂ। ਨਾਲ ਹੀ ਸਾਡਾ ਵੀਰ ਹਰਦੀਪ ਕੈਨੇਡਾ, ਉਹ ਵੀ ਜਿਹੜਾ ਸਾਡੇ ਨਾਲ ਐਬ ਸਪੋਰਟ ਤੋਂ ਮੇਰੇ ਵੀਰੋ ਵੈਨਕੂਵਰ ਤੋਂ ਸਾਡੇ ਨਾਲ ਜੁੜ ਚੁੱਕਿਆ, ਨਾਲ ਹੀ ਸਾਡੇ ਲਖਵੀਰ ਬਾਈ ਜੀ ਹੁਣੀ ਵੀ ਜੁੜ ਚੁੱਕੇ ਆ USA ਦੇ ਸਿਆਟਲ ਸ਼ਹਿਰ ਤੋਂ, ਨਾਲ ਹੀ ਉਧਰ ਸਾਡੇ ਜਸਵੀਰ ਵੀਰ ਹੁਣੀ ਔਰ ਗੁਰਜੰਟ ਵੀਰੇ ਹੁਣੀ, ਨਾਲ ਹੀ ਸਾਡਾ ਵੀਰ ਜਗਦੀਪ USA ਵਾਲਾ, ਜਿੰਨੇ ਵੀ ਸਾਡੇ ਪ੍ਰਵਾਸੀ ਭਰਾਵਾਂ ਵੱਲੋਂ ਸਹਾਇਤਾ ਪੁੱਜੀ, ਅੱਜ ਦੇਖ ਰਹੇ ਨੇ ਪੂਰੀ ਰਾਤ ਜਿਹੜਾ ਅੱਜ ਉਹਨਾਂ ਨੇ ਜਾਗਣਾ ਮੇਰੇ ਵੀਰੋ ਆਪਣੇ ਨਗਰ ਦੇ ਮੈਚਾਂ ਦੇ ਦੇਖਣ ਦੇ ਲਈ, ਕਿਉਂਕਿ ਦੂਰ ਬੈਠੇ ਫਿਰ ਕਹਿੰਦੇ ਵਤਨ ਯਾਦ ਆਉਂਦਾ ਕਿ ਪਰਦੇਸੀ ਵਸਣੇ ਵਾਲੇ ਹੋਵੇ ਕਿਤੇ ਵਤਨੀ ਫੇਰਾ ਪਾ ਲਿਓ ਹੋਵੇ, ਵਿਰਸੇ ਦੀ ਦਿਲ ਵਿੱਚ ਥਾਂ ਰੱਖਣਾ, ਇੱਕ ਮਿੱਟੀ ਆਪਣੀ ਭੁੱਲਿਓ ਨਾ, ਇੱਕ ਚੇਤੇ ਆਪਣੀ ਮਾਂ ਰੱਖਣਾ, ਇੱਕ ਚੇਤੇ ਆਪਣੀ ਮਾਂ ਰੱਖਣਾ। ਚੱਲ ਵੀ ਸ਼ੇਰੂ ਭਾ ਕਬੱਡੀ, ਜੰਡਸਰ ਸਹੌਰ ਤੇ ਮੱਝੂ ਕੇ ਅਗਲੇ ਮੁਕਾਬਲਿਆਂ ਦੇ ਲਈ ਤਿਆਰ ਰਹਿਣ, ਨਾਲ ਹੀ ਅਸੀਂ ਓਪਨ ਦੀਆਂ ਟੀਮਾਂ ਨੂੰ ਵੀ ਸੱਦਾ ਦੇਵਾਂਗੇ। ਨਾਲ ਹੀ ਕਬੱਡੀ ਓਪਨ ਨੂੰ ਸਾਡਾ ਸੱਦਾ ਜੀ,
ਖੁਖਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੇ, ਇਹ ਵੀ ਮੇਰੇ ਵੀਰ ਤਿਆਰੀ ਦੇ ਵਿੱਚ ਰਹਿਣ। ਖੁਖਰਾਣਾ ਤੇ ਬਾਬਾ ਭਗਵਾਨ ਦਾਸ ਲੰਡੇ ਆਓ ਜੀ, ਇਹ ਵੀ ਟੀਮਾਂ ਬਿਲਕੁਲ ਤਿਆਰੀ ਫੜ ਕੇ, ਕਿਉਂਕਿ ਆਹ ਮੈਚ ਤੋਂ ਬਾਅਦ ਇੱਕ ਮੈਚ ਹੋਰ ਬਾਕੀ ਆ, ਜੰਡਸਰ ਸਹੌਰ ਤੇ ਮੱਜੂਕੇ ਦਾ। ਉਸ ਤੋਂ ਬਾਅਦ ਆਪਾਂ ਜਿਹੜਾ ਗਰਾਊਂਡ ਨੂੰ ਖਾਲੀ ਨਹੀਂ ਹੋਣ ਦੇਣਾ, ਮੁਕਾਬਲੇ ਜਿਹੜੇ ਕੰਟੀਨਿਊ ਰੱਖਣੇ ਆ। ਸੋ ਆਓ ਮੇਰੇ ਵੀਰ, ਖੁਖਰਾਣਾ ਤੇ ਬਾਬਾ ਭਗਵਾਨ ਦਾਸ ਲੰਡੇ, ਗੁਰਜੀਤ ਕਲੱਬ ਚੰਦਨਵਾ ਤੇ ਬਘੇਲੇ ਵਾਲਾ ਸਾਡੇ ਵੀਰ ਰਾਜ ਹੁਣਾਂ ਦੀ ਟੀਮ ਆ ਚੰਦਨਵਾ ਮੇਰੇ ਵੀਰੋ। ਇਸ ਵੇਲੇ ਇਹ ਜੀਤਾ ਨੌਜਵਾਨ ਵਿਰੋਧੀਆਂ ਦੇ ਵਿਹੜੇ ਦੇ ਵਿੱਚ ਮਹਿਰੋ ਪਿੰਡ ਵਾਲਾ ਧੱਲੇਕਿਆਂ ਦੇ ਲਈ ਪੁਆਇੰਟ ਦਾ ਵਾਧਾ ਕਰਦਾ। ਵਾਹ ਸੋਹਣਿਆ, ਤਰਸੇਮ ਸੰਦੌੜ ਦੀ ਵਿਸਲ ਦਾ ਫੈਸਲਾ, ਉਧਰ ਕਰਮਾ ਮੇਰੇ ਵੀਰੋ ਚੱਕਰ ਵਾਲਾ, ਮਹਾਨ ਖਿਡਾਰੀ ਆਪਣੇ ਸਮੇਂ ਦਾ, ਪ੍ਰਸਿੱਧ ਖਿਡਾਰੀ, ਦੁਨੀਆਂ ਦਾ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਆ ਕਰਮਾ ਚੱਕਰ ਵਾਲਾ। ਅੱਜ ਕੱਲ੍ਹ ਅਫੀਸ਼ਲ ਦੇ ਵਿੱਚ ਵੀ ਵੱਡੀਆਂ ਸੇਵਾਵਾਂ ਨੇ। ਖੁਖਰਾਣਾ ਤੇ ਬਾਬਾ ਭਗਵਾਨ ਦਾਸ ਲੰਡੇ ਪੁੱਜੋ ਜੀ, ਗੁਰਜੀਤ ਕਲੱਬ ਚੰਦਨਵਾ ਤੇ ਬਘੇਲੇ ਵਾਲਾ ਵੀ ਆਓ ਕੇ ਨਾ, ਬਿਲਕੁਲ ਤਿਆਰੀ ਫੜ ਕੇ ਆ ਜਾਓ ਮੇਰੇ ਵੀਰ। ਰੱਜੀ ਵਾਲਾ ਤੇ ਖੋਸਾ ਰਣਧੀਰ ਕਲੱਬ ਦਾ ਦੂਜਾ ਮੈਚ ਆ ਜੀ, ਇਹ ਆਓ ਰੱਜੀ ਵਾਲਾ ਤੇ ਖੋਸਾ ਰਣਧੀਰ ਕਲੱਬ, ਨਾਲ ਹੀ ਡੇਮਰੂ ਤੇ ਖੋਸਾ ਰਣਧੀਰ ਵੀ ਤਿਆਰੀ ਫੜ ਲਓ ਨੌਜਵਾਨੋ। ਆਪਾਂ ਗਰਾਊਂਡ ਖਾਲੀ ਨਹੀਂ ਹੋਣ ਦੇਣੀ, ਕਿੰਨੇ ਵਧੀਆ ਪ੍ਰਾਈਜ਼, 51-42 ਦੇ ਪ੍ਰਾਈਜ਼ ਰੱਖੇ ਤੁਹਾਡੇ ਲਈ। 2-3 ਮਹੀਨੇ ਹੋ ਗਏ ਇਹਨਾਂ ਨੂੰ ਲੱਗਿਆਂ ਨੂੰ ਪ੍ਰਬੰਧਾਂ ਦੇ ਵਿੱਚ, ਪ੍ਰਬੰਧਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਿਆ ਕਰੋ ਮੇਰੇ ਵੀਰ ਖਿਡਾਰੀਓ। ਤੁਸੀਂ ਉਹ ਬਹਿ ਜਾਂਦੇ ਹੋ ਜਾ ਕੇ 10-10 ਕਿੱਲੇ ਦੂਰ, 15-15 ਉੱਥੇ ਤੁਹਾਨੂੰ ਆਵਾਜ਼ ਵੀ ਪਤਾ ਨਹੀਂ ਸੁਣਦੀ ਆ, ਬਾਅਦ 'ਚ ਤੁਸੀਂ ਮੁੜ ਕੇ ਆ ਕੇ ਸਟੇਜ 'ਤੇ ਪ੍ਰਬੰਧਕਾਂ ਨਾਲ ਲੜੀ ਜਾਂਦੇ ਹੁੰਦੇ ਆ। ਵਾਹ, ਸਰੋਂ ਫੁੱਲੀ ਪੱਟੀ ਕੇ ਸਰੋਂ ਦੇ ਫੁੱਲ ਟੈ ਟੈ ਕਰਦੇ, ਕਣਕਾਂ ਲੈਣ ਹੁਲਾਰੇ ਵਿੱਚ ਗਰਾਊਂਡਾਂ ਦੇ, ਆ ਗਏ ਨੇ ਸ਼ੇਰ ਦੁਲਾਰੇ ਵਿੱਚ ਗਰਾਊਂਡਾਂ ਦੇ, ਆ ਗਏ ਰਾਜ ਦੁਲਾਰੇ। ਵਾਹ ਸੁਣਿਆ ਨਹੀਂ ਰੀਸਾਂ ਕਿ ਉਹ ਜਾਫੀ ਨੇ ਰੇਡਰ ਨੂੰ ਬਾਹਾਂ ਵਿੱਚ ਜਕੜ ਲਿਆ, ਤੇ ਜਿਵੇਂ ਸ਼ੇਰ ਨੇ ਚੁੰਗੀਆਂ ਭਰਦੇ ਮਿਰਗ ਨੂੰ ਪਕੜ ਲਿਆ। ਬਈ ਦੇਖਣ ਸਦਾ ਹੀ ਹੋ ਪੱਬਾਂ ਭਾਰ ਕਬੱਡੀ ਨੂੰ, ਤੇ ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ, ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ। ਪੰਜਾਬੀਆਂ ਦੀ ਮਾਂ ਖੇਡ, ਪੰਜਾਬੀਆਂ ਦੀ ਮਾਣ ਮੱਤੀ ਖੇਡ ਦੀਆਂ ਗੱਲਾਂ ਮੇਰੇ ਵੀਰੋ, ਪਿੰਡ ਜੈਵਨ ਵਾਲੇ ਦੇ ਚੌਥੇ ਦਿਨ ਦਾ ਇਹ ਸ਼ਾਨਦਾਰ ਖੇਡ ਮੇਲੇ ਦਾ ਅੱਜ ਤੀਜਾ ਦਿਨ ਭਰ ਜੋਬਨ ਤੇ ਹੈ, ਔਰ ਉਧਰ ਪੁਆਇੰਟ ਜਿਹੜਾ ਜੀਤੇ ਮਹਿਰੋ ਵਾਲੇ ਨੇ ਧੱਲੇਕਿਆਂ ਦੇ ਲਈ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਤਾ। ਖੁਖਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੇ ਆਓ ਬਾਈ, ਖੁਖਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੇ, ਨਾਲ ਹੀ ਰੱਜੀ ਵਾਲਾ ਤੇ ਖੋਸਾ ਰਣਧੀਰ ਕਲੱਬ, ਇਹ ਵੀ ਆਓ ਕੇ ਨਾ ਮੇਰੇ ਵੀਰ। ਅਸੀਂ ਇੰਤਜ਼ਾਰ ਨਹੀਂ ਕਰਨਾ ਕਿਸੇ ਟੀਮ ਦਾ, ਚਾਹੇ ਪਿੰਡ ਦੀ ਟੀਮ ਆ ਚਾਹੇ ਬਾਹਰਲੀ ਟੀਮ ਆ, ਅਸੀਂ ਇੰਤਜ਼ਾਰ ਕਿਸੇ ਟੀਮ ਦਾ ਨਹੀਂ ਕਰਨਾ। ਨਾਲ ਹੀ ਧੰਨਵਾਦੀਆਂ ਜਿੰਨੇ ਵੀ ਐਂਟਰੀ ਕਾਊਂਟਰ ਵਾਲੇ ਵੀਰ ਨੇ, ਸਾਰੇ ਹੀ ਵੀਰਾਂ ਦੇ, ਬਾਈ ਭੋਲਾ ਜੀ, ਬਾਈ ਬਖਤੌਰਾ ਵੀਰ, ਨਾਲ ਸਾਡੇ ਵੀਰ ਗੁਰਤੇਜ ਹੋਣੀ, ਮਾਸਟਰ ਜੀ ਹੋਣੀ, ਸਾਡਾ ਭਿੰਦਾ ਵੀਰ ਜਗਤਾਰ ਸਿੰਘ ਜੀ ਸਰਪੰਚ ਹੋਣੀ, ਛਿੰਦਾ ਵੀਰ, ਮਨਜੀਤਪਾਲ ਸੇਠੀ ਜੀ, ਔਰ ਬਾਬਾ ਜੀ ਹੋਣੀ, ਸਾਰੇ ਜਿੰਨੇ ਵੀ ਮਾਣਯੋਗ ਰਿਸਪੈਕਟਡ ਚਿਹਰੇ ਨੇ ਸਟੇਜ 'ਤੇ, ਸਾਰਿਆਂ ਨੂੰ ਅਸੀਂ ਜੀਓ ਆਇਆਂ ਆਖਦੇ ਹਾਂ, ਜਿਨ੍ਹਾਂ ਨੇ ਆਪਣੇ
ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਔਰ ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ। ਲਓ ਜੀ ਪੁਆਇੰਟ ਸੁਣ ਲਓ, ਰੋਡਿਆਂ ਦੇ ਜਿਹੜੇ ਪੁਆਇੰਟ ਆ ਜੀ 6 ਔਰ ਧੱਲੇਕਿਆਂ ਦੇ ਪੁਆਇੰਟ ਆ 20.5 6 20.5 ਦੇ ਮੁਕਾਬਲੇ ਧੱਲੇਕੇ ਜੇਤੂ ਲਿਖ ਲਓ ਗੁਰਤੇਜ ਵੀਰੇ। ਕਲੱਬਾਂ ਨੂੰ ਬੁਲਾ ਲਾ, ਕਲੱਬਾਂ ਨੂੰ ਬੁਲਾ ਲਾ ਕਰਾਂ। ਹਾਂਜੀ ਹਾਂਜੀ ਜੰਡ ਸਰ 100 ਤੇ ਮੱਝੂ ਕਿਹਾ ਹੋ ਕੇ ਆਪਾਂ ਸੱਦਾ ਦੇ ਰਹੇ ਹਾਂ ਜੀ ਖੁਖਰਾਣਾ ਤੇ ਬਾਬਾ ਭਗਵਾਨ ਦਾਸ ਲੰਡੇ। ਅਸੀਂ ਕਾਫੀ ਆਵਾਜ਼ਾਂ ਮਾਰੀਆਂ ਹੁਣ ਤੱਕ, ਨਾਲ ਹੀ ਰੱਜੀ ਵਾਲਾ ਤੇ ਖੋਸਾ ਰਣਧੀਰ ਕਲੱਬ, ਬਾਈ ਮੁੜ ਕੇ ਕੋਈ ਸੁਣਵਾਈ ਨਹੀਂ ਹੋਣੀ। ਇੱਥੇ ਰੂਲ ਆ ਜਿਹੜੇ ਰੂਲ ਆ, ਚਾਹੇ ਪਿੰਡ ਦੀ ਟੀਮ ਆ ਚਾਹੇ ਬਾਹਰਲੀ ਟੀਮ ਆ। ਨਾਲ ਹੀ ਡੇਮਰੂ ਤੇ ਖੋਸਾ ਰਣਧੀਰ, ਨੱਥੋ ਕਿਤੇ ਗੁਰਬਖਸ਼ ਕਲੱਬ ਲੰਗਿਆਣਾ, ਨਾਲ ਹੀ ਤੰਬੂ ਮਹਿਲ ਕਲੱਬ ਸਪੋਰਟਸ ਕਲੱਬ ਡਗਰੂ ਤੇ ਘੱਲ ਕਲਾ, ਇਹ ਵੀ ਤਿਆਰੀ ਫੜ ਲੈਣ। ਖੁਖਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੇ ਪੁੱਜਣ। ਬਾਈ ਖਿਡਾਰੀਓ ਤੁਸੀਂ ਬਹੁਤ ਆਵਾਜ਼ਾਂ ਮਰਵਾਉਂਦੇ ਹੋ ਯਾਰ, ਕੋਈ ਗੱਲ ਨਹੀਂ ਸੁਣਦੇ ਕਿਸੇ ਦੀ,